ਤੁਸੀਂ ਦੇਖ ਰਹੇ ਹੋ ਇਸ ਵੇਲੇ ਵਿਸ਼ਕਰਮਾ ਚੌਂਕ ਦੇ ਕੋਲ ਇੱਕ ਐਂਬੂਲੈਂਸ ਟ੍ਰੈਫਿਕ ਵਿੱਚ ਫਸੀ ਹੋਈ ਹੈ ਕਿਉਂਕਿ ਸਾਰੇ ਪਾਸੇ ਪਾਣੀ ਹੋਇਆ ਪਿਆ ਅਤੇ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਹੈ ਅਤੇ ਵਿਸ਼ਕਰਮਾ ਚੌਂਕ ਦੇ ਕੋਲ ਇੱਕ ਟ੍ਰੈਫਿਕ ਫਸੀ ਐਂਬੂਲੈਂਸ ਜੋ ਕਿ ਰੋਂਗ ਸਾਈਡ ਜਾ ਰਹੀ ਹੈ ਅਤੇ ਸੀਵਰੇਜ ਦੇ ਢੱਕਣ ਵੀ ਪੂਰੇ ਖੁੱਲ੍ਹੇ ਨੇ ਪਾਣੀ ਇੱਥੇ 2 ਤੋਂ 3 ਫੁੱਟ ਦੇ ਵਿੱਚ ਵਿੱਚ ਕਈ ਕਈ ਜਗ੍ਹਾ 'ਤੇ ਪਾਣੀ ਮੌਜੂਦ ਹੋਇਆ ਇਸ ਵੇਲੇ ਤੁਹਾਨੂੰ ਵਿਸ਼ਕਰਮਾ ਚੌਂਕ ਦਿਖਾ ਰਹੇ ਲਾਈਵ ਜਨਜੀਵਨ ਪੂਰਾ ਅਸਤ ਵਿਅਸਤ ਹੋ ਗਿਆ ਅੱਜ ਲੁਧਿਆਣੇ ਦੇ ਵਿੱਚ ਦੋਨੋਂ ਸਾਈਡ ਆਮਣੇ ਸਾਹਮਣੇ ਐਂਬੂਲੈਂਸ ਅਤੇ ਦੋਨੋਂ ਹੀ ਟ੍ਰੈਫਿਕ 'ਚ ਫਸੇ ਹੋਈਆਂ ਨੇ ਦੇਖ ਰਹੇ ਹੋ ਦੋ ਐਂਬੂਲੈਂਸ ਆਪਸ ਨੂੰ ਕ੍ਰੋਸ ਕਰ ਰਹੀਆਂ ਨੇ ਦੋਨੋਂ ਹੀ ਐਂਬੂਲੈਂਸ ਨੇ ਅਤੇ ਦੋਨੋਂ ਹੀ ਟ੍ਰੈਫਿਕ 'ਚ ਫਸੀਆਂ ਨੇ ਬਹੁਤ ਲੰਬਾ ਜਾਮ ਹੈ ਇਸ ਵੇਲੇ ਲੁਧਿਆਣੇ ਦੇ ਵਿੱਚ ਤੁਹਾਨੂੰ ਅਸੀਂ ਵਿਸ਼ਕਰਮਾ ਚੌਂਕ ਲਾਈਵ ਦਿਖਾ ਰਹੇ ਹਾਂ ਇਹ ਦੂਸਰੀ ਐਂਬੂਲੈਂਸ ਆ ਗਈ ਹੈ ਜੇ ਟ੍ਰੈਫਿਕ ਦੇ ਵਿੱਚ ਫਸੀ ਸੀ ਕਾਫੀ ਗੱਡੀਆਂ ਖਰਾਬ ਹੋ ਗਈਆਂ ਨੇ ਕਾਫੀ ਬੰਦ ਹੋ ਚੁੱਕੀਆਂ ਨੇ ਗੱਡੀਆਂ ਜੇ ਸਾਡੀ ਵੀਡੀਓ ਲਾਈਵ ਦੇਖ ਰਹੇ ਹੋ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੀਸਰੀ ਐਂਬੂਲੈਂਸ ਆ ਗਈ ਹੈ ਆਟੋ ਵਾਲੇ ਵੱਲੋਂ ਐਂਬੂਲੈਂਸ ਨੂੰ ਸਾਈਡ ਵੀ ਨਹੀਂ ਦਿੱਤੀ ਜਾ ਰਹੀ ਸਾਈਨਲ ਸੁਣ ਰਿਹਾ ਲੇਕਿਨ ਉਹ ਸਾਈਡ ਨਹੀਂ ਕਰ ਰਿਹਾ ਐਂਬੂਲੈਂਸ ਦੇ ਪਿੱਛੇ ਲੱਗੀ ਹੋਈ ਹੈ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਇਹ ਨੇ ਲੋਕ ਜਿਨ੍ਹਾਂ ਦੀ ਇਨਸਾਨੀਅਤ ਮਰ ਚੁੱਕੀ ਹੈ ਐਂਬੂਲੈਂਸ ਪਿੱਛੇ ਖੜੀ ਹੈ ਪਰ ਸਾਈਡ ਕੋਈ ਨਹੀਂ ਦੇ ਰਿਹਾ ਆ ਤਾਂ ਦੇਖ ਰਹੇ ਹੋ ਆਟੋ ਵਾਲੇ ਨੂੰ ਇਹ ਚਾਹੇ ਤਾਂ ਆਟੋ ਸਾਈਡ ਵਗੈਰਾ ਸਾਈਡ ਦੇ ਸਕਦਾ ਐਂਬੂਲੈਂਸ ਨੂੰ ਇਹੋ ਜਿਹੇ ਲੋਕ ਨੇ ਯਾਰ ਬੇਸੂਸ ਉਹਦੇ ਮੂਹਰੇ ਮੂਹਰੇ ਤੋਰਿਆ ਪਰ ਇਹਨੂੰ ਸਾਈਡ ਨਹੀਂ ਦੇ ਰਿਹਾ ਐਂਬੂਲੈਂਸ ਨੂੰ ਐਂਬੂਲੈਂਸ ਨੂੰ ਸਾਈਡ ਨਾ ਦੇਣ 'ਤੇ ਹੁਣ 20,000 ਰੁਪਏ ਦਾ ਚਲਾਨ ਜਿਹੜਾ ਨਵਾਂ ਕਾਨੂੰਨ ਪਾਸ ਹੋ ਰਿਹਾ ਉਹ 'ਚ 20,000 ਰੁਪਏ ਦਾ ਚਲਾਨ ਹੈ ਜੇ ਤੁਸੀਂ ਐਂਬੂਲੈਂਸ ਨੂੰ ਸਾਈਡ ਨਹੀਂ ਦਿੰਦੇ ਉਹਦਾ ਵੈਸੇ ਤਾਂ 2,000 ਦਾ ਸੀ ਹੁਣ 2,000 ਤੋਂ ਸਿੱਧਾ 20,000 ਰੁਪਏ ਫਾਈਨ ਬਿੱਲ ਪਾਸ ਹੋ ਚੁੱਕਾ ਹੈ ਅਤੇ ਹੁਣ 20,000 ਦੇ ਫਾਈਨ ਪਏਗਾ ਜੇ ਤੁਸੀਂ ਐਂਬੂਲੈਂਸ ਨੂੰ ਸਾਈਡ ਨਹੀਂ ਦੇ ਰਹੇ ਹੋ ਤੁਸੀਂ ਦੇਖਿਆ ਕਿਵੇਂ ਆਟੋ ਵਾਲਾ ਐਂਬੂਲੈਂਸ ਦੇ ਮੂਹਰੇ ਮੂਹਰੇ ਆਟੋ ਚਲਾ ਰਿਹਾ ਬਟ ਉਹਨੂੰ ਸਾਈਡ ਨਹੀਂ ਦੇ ਰਿਹਾ 2 ਮਿੰਟ ਦੇ ਵਿੱਚ ਇੱਥੋਂ 3 ਐਂਬੂਲੈਂਸ ਨਿਕਲ ਚੁੱਕੀ ਹੈ ਅਤੇ ਟ੍ਰੈਫਿਕ ਪੂਰਾ ਜਾਮ ਹੈ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਵਿਸ਼ਕਰਮਾ ਚੌਂਕ ਤੋਂ ਲਾਈਵ ਥੱਲੇ ਸਾਰਾ ਪਾਣੀ ਭਰਿਆ ਪਿਆ
ਸਮਰਾਲਾ ਚੌਂਕ ਤੋਂ ਲੈ ਕੇ ਸ਼ੇਰਪੁਰ ਚੌਂਕ, ਢੋਲੇਵਾਲ ਚੌਂਕ, ਵਿਸ਼ਕਰਮਾ ਚੌਂਕ, ਜਗਰਾਓਂ ਪੁੱਲ ਅਤੇ ਜਲੰਧਰ ਬਾਈਪਾਸ, ਬਸਤੀ ਜੋਧੇਵਾਲ, ਸਮਰਾਲਾ ਚੌਂਕ, ਇਹ ਸਾਰੇ ਰੂਟ ਇਸ ਵੇਲੇ ਟ੍ਰੈਫਿਕ ਜਾਮ ਨੇ। ਜੇ ਤੁਸੀਂ ਲੁਧਿਆਣੇ ਤੋਂ ਇਸ ਵੇਲੇ ਕਿੱਥੇ ਜਾਣਾ ਚਾਹੁੰਦੇ ਹੋ ਤਾਂ ਅੱਜ ਨੂੰ ਜਾਣਾ